ਗੁੱਡ ਮਾਰਨਿੰਗ ਜੀ ਪਿਆਰ ਪਰ ਸ਼ਸ਼ੀਕਲ ਅੱਜ ਮੈਂ ਤੁਹਾਨੂੰ ਪਬਲਿਕ ਟਰਾਂਸਪੋਰਟ ਤੇ ਟਰੈਵਲ ਕਰਵਾ ਦੇ ਪਿੱਛੇ ਮੇਰੇ ਬੱਸ ਸਟਾਪ ਹੈ ਜੋ ਮੇਰੇ ਘਰ ਤੋਂ ਨੇੜੇ ਹੈ ਨਿਊਜ਼ੀਲੈਂਡ ਦਾ ਪਬਲਿਕ ਟਰਾਂਸਪੋਰਟ ਬਹੁਤ ਹੀ ਐਕਸਪੈਂਸਿਵ ਹੈ ਪਰ ਯੂਜ਼ ਕਰਨਾ ਪੈਂਦਾ ਟਰੈਫਿਕ ਨੂੰ ਬੀਟ ਕਰਨ ਲਈ ਸੋ ਇਹ ਜੋ ਸਟਾਪ ਹੈਗਾ ਜੀ ਇਹ ਅਰਾਊਂਡ 5 ਮਿੰਟਾਂ ਦੀ ਵਾਕ ਟਾਈਮ ਤੇ ਹੈ ਤੇ ਜੋ ਹੁਣ ਤੁਸੀਂ ਅਗਲੀ ਵੀਡੀਓ ਦੇਖ ਰਹੇ ਹੋ ਇਹ ਹੈਗਾ 80 ਕਾਰਡ ਇਸ ਨੂੰ ਟੈਗ ਕਰਨਾ ਪੈਂਦਾ ਆਨਲਾਈਨ ਸਿਸਟਮ ਹੈ ਸਾਰਾ ਕੁਝ ਕੈਸ਼ ਪੇਮੈਂਟ ਨਹੀਂ ਹੁੰਦੀ ਸੋ ਟੈਗ ਕਰੋ ਤੁਸੀਂ ਗੱਡੀ ਦੇ ਵਿੱਚ ਬੈਠੋ ਤੇ ਇੰਜੋਏ ਕਰੋ ਰਾਈਡ ਸਾਰੇ ਲੋਕਲ ਟ੍ਰਾਂਸਪੋਰਟ ਹੈ ਜੀ ਉਹ ਇੱਕ ਆਕਲੈਂਡ ਟ੍ਰਾਂਸਪੋਰਟ ਹੀ ਮੈਨੇਜ ਕਰਦਾ ਸੋ ਇਹਨਾਂ ਦੀ ਐਪ ਹੈ ਜਿਸ ਦੇ ਉੱਤੇ ਕੀ ਤੁਸੀਂ ਆਪ ਦਾ ਟ੍ਰਿਪ ਪਲਾਨ ਕਰ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਦਾ ਟ੍ਰਿਪ ਆਪ ਦਾ ਪਲਾਨ ਕੀਤਾ ਤੇ ਮੈਂ ਬੱਸ ਅੱਗੇ ਕੈਚ ਕਰੂੰਗਾ 18 ਨੰਬਰ ਤੋਂ ਇਹ ਮੈਂ ਸਾਰੀ ਇਨਫੋਰਮੇਸ਼ਨ ਇਸ ਐਪ ਤੇ ਉੱਤੋਂ ਲੈ ਲਈ ਤੇ ਅੱਗੇ ਲਾਈਵ ਟਰੈਕਿੰਗ ਵੀ ਤੁਸੀਂ ਦੇਖ ਸਕਦੇ ਹੋ ਆਪਦੀ ਬੱਸ ਦੀ ਜਾਂ ਕੋਈ ਵੀ ਬੱਸ ਦੀ ਜਿਸ ਚ ਤੁਸੀਂ ਟ੍ਰੈਵਲ ਕਰ ਰਹੇ ਹੋ ਸੋ ਹੈਲਪ ਹੁੰਦੀ ਹੈ ਤੁਹਾਨੂੰ ਇਹ ਟਾ ਦੱਸਣ ਦੀ ਹੈ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਤੋ ਮੇਰੀ ਜਰਨੀ ਦੇ ਵਿੱਚ ਮੈਂ ਦੋ ਬੱਸ ਚੇਂਜ ਕਰੂੰਗਾ ਜੀ ਹੁਣ ਮੈਂ ਦੂਜੀ ਬੱਸ ਫੜੀ ਹੈ 18 ਨੰਬਰ ਦੀ ਟੈਗ ਆਨ ਤੇ ਜਰਨੀ ਸਟਾਰਟ ਅੱਜ ਮੈਂ ਨੋਟਿਸ ਕੀਤਾ ਸਾਡੇ ਰਾਸਤੇ 'ਚ ਬਹੁਤ ਹੀ ਵੱਡੀ ਸਪਾਈਡਰ ਆਉਂਦੀ ਹੈ ਸਟਾਪ ਦਾ ਬਟਨ ਤੁਸੀਂ ਦੇਖ ਰਹੇ ਹੋ ਇਸ ਨੂੰ ਪੁਸ਼ ਕਰੋ ਤੇ ਡਰਾਈਵਰ ਅਗਲੇ ਸਟਾਪ ਦੇ ਉੱਤੇ ਤੁਹਾਨੂੰ ਰੋਕ ਦਿੰਦੇ ਨੇ ਬਸ 40 ਮਿੰਟ ਦੇ ਵਿੱਚ ਮੈਨੂੰ ਬਸ ਨੇ ਆਫਿਸ ਛੱਡਦਾ ਜੀ ਆਫਿਸ ਵਿੱਚ ਅਸੀਂ ਪਲਾਨ ਕੀਤਾ ਗਿਆ ਜਿਵੇਂ ਅਸੀਂ ਜੀ ਕੁਝ ਬਾਹਰੋਂ ਖਾਵਾਂਗੇ ਤਾਂ ਅੱਜ ਅਸੀਂ ਆਏ ਸੈਂਸੇਸ਼ਨਲ ਚਿਕਨ ਦੇ ਉੱਤੇ ਜੋ ਕਿ ਸਾਡੇ ਆਫਿਸ ਤੇ ਬਹੁਤ ਹੀ ਨੇੜੇ ਹੈ ਅਸੀਂ ਪਾਰਟੀ ਪੈ ਕੇ ਲੜਿਆ ਸੀ ਤਾਂ ਕਿ ਚਾਰ ਪੰਜ ਬੰਦੇ ਜਿੰਨੇ ਹੈਗੇ ਅਸੀਂ ਸਾਰੇ ਲੰਚ ਉੱਥੇ ਹੀ ਕਰ ਲਿਆ ਸੋ ਪਰਮਵੀਰ ਨੇ ਫੂਡ ਕਲੈਕਟ ਕੀਤਾ ਬਹੁਤ ਹੀ ਖੁਸ਼ ਸੀਗਾ ਚਿਕਨ ਦੇਖੋ ਜੀ ਕ੍ਰਾਂਚ ਇੰਨਾ ਵਧੀਆ ਸੀ ਇਹਦਾ ਆਊਟਰ ਲੇਅਰ ਦਾ ਪ੍ਰਾਈਸ ਵੀ ਸਵਾਦ ਸੀਗਾ ਅਸੀਂ ਉਹਨਾਂ ਤੋਂ ਚਿਕਨ ਸਾਲਟ ਪੋਆ ਤਾਂ ਵਧੀਆ ਲੱਗਿਆ ਖਾਣ ਵਿੱਚ KFC ਦਾ ਚਿਕਨ ਮੈਂ ਕਟਾਇਆ ਹੋਇਆ ਜੀ ਕਿਉਂਕਿ ਉਸ ਤੋਂ ਬੜਾ ਆਇਲੀ ਹੁੰਦਾ ਹੈ ਇਹ ਮੈਨੂੰ ਬਹੁਤ ਵਧੀਆ ਲੱਗਿਆ ਜੂਸੀ ਚਿਕਨ ਸੀ ਤੇ ਲੈਸ ਆਇਲੀ ਸੀਗਾ ਲੈਗ ਪੀਸ ਦਾ ਸਾਈਜ਼ ਚੈੱਕ ਕਰੋ ਜੀ ਸਾਈਜ਼ ਫੁੱਲ ਸਾਈਜ਼ ਸੀਗਾ ਈਵਨ ਇਸ ਤੇ ਵੀ ਬਹੁਤ ਵਧੀਆ ਕਰੰਚ ਸੀਗਾ ਅਸੀਂ ਖਾਇਆ ਤੇ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਸਾਡੀ ਸਾਰੀ ਟੀਮ ਨੇ ਚਿਕਨ ਬਹੁਤ ਇੰਜੋਏ ਕੀਤਾ ਸੋ ਟਾਈਮ ਵਜ ਗਿਆ ਜੀ 5:30 ਚੱਲੇ ਘਰ ਨੂੰ ਇੱਕ ਸੋਹਣਾ ਜਿਹਾ 뷰 ਸਿਟੀ ਦਾ ਮੈਂ ਕੈਪਚਰ ਕੀਤਾ ਜੋ ਕਿ ਮੇਰੇ ਰਾਸਤੇ ਦੇ ਵਿੱਚ ਆਇਆ ਤੇ ਟ੍ਰੇਨ ਸਟੇਸ਼ਨ ਵੱਲ ਨੂੰ ਮੈਂ ਚੱਲ ਪਿਆ 10 ਮਿੰਟਾਂ ਦੀ ਵਾਕ ਦੇ ਬਾਅਦ ਜੀ ਮੈਂ ਪਹੁੰਚ ਗਿਆ ਬਰੇਟੋਮਾਰਟ ਸਟੇਸ਼ਨ ਹੁਣ ਜੋ ਤੁਸੀਂ ਬਿਲਡਿੰਗ ਦੇਖ ਰਹੇ ਹੋ ਬਰੇਟੋਮਾਰਟ ਦੀ ਬਿਲਡਿੰਗ ਹੈ ਬਹੁਤ ਹੀ ਪੁਰਾਣੀ ਬਿਲਡਿੰਗ ਹੈ ਇਸ ਤੇ ਮੈਂ ਕਦੇ ਦੁਬਾਰਾ ਬਲੌਗ ਬਣਾਉਂਗਾ ਮੈਂ ਵੈਸਟਵਰ ਲੈਣਾ ਜੀ ਸੋ ਵੈਸਟਵਰ ਲਈ ਟ੍ਰੇਨ ਮੈਨੂੰ ਆਉਂਦੀ ਦੇਖ ਗਈ ਤੇ ਮੈਂ ਭੱਜ ਕੇ ਟ੍ਰੇਨ ਵੱਲ ਆ ਗਿਆ ਤੇ ਵੀਡੀਓ ਵੀ ਮੈਂ ਕੈਪਚਰ ਕਰ ਲਈ ਟ੍ਰੇਨ ਆਉਂਦੀ ਦੀ ਨਿਊਜ਼ੀਲੈਂਡ ਦੇ ਵਿੱਚ ਦੋ ਟਾਈਪ ਦੇ ਮੈਨ ਟ੍ਰਾਂਸਪੋਰਟ ਹੈ ਜੀ ਪਬਲਿਕ ਜਿਸ ਤੇ ਵਿੱਚ ਬੱਸਿਸ ਤੇ ਟ੍ਰੇਨ ਆ ਜਾਂਦੀ ਹੈ ਪ੍ਰਾਈਵੇਟ ਜੋ ਕਿ ਟੈਕਸੀਜ਼ ਆ ਜਾਂਦੀਆਂ ਨੇ ਟ੍ਰੇਨ ਤੇ ਟਰੈਵਲ ਕਰਨਾ ਮੈਨੂੰ ਹਮੇਸ਼ਾ ਪਸੰਦ ਆ ਕਿਉਂਕਿ ਤੁਹਾਨੂੰ ਡਰਾਈਵਿੰਗ ਕਰਨ ਦਾ ਸਟ्रेस ਨਹੀਂ ਹੁੰਦਾ ਪਲੱਸ ਤੁਹਾਨੂੰ ਪਾਰਕਿੰਗ ਦਾ ਸਟ्रेस ਨਹੀਂ ਹੁੰਦਾ ਆਪ ਦੇ ਹੈੱਡਫੋਨ ਲਾਓ ਗਾੜੇ ਇੰਜੋਏ ਕਰੋ ਤੇ ਆਪਦੀ ਜਰਨੀ ਜਾਂ ਡੈਸਟੀਨੇਸ਼ਨ ਤੇ ਪਹੁੰਚੋ ਮੇਰਾ ਘਰ ਵਾਲਾ ਸਟੇਸ਼ਨ ਆ ਗਿਆ ਜੀ ਤੇ ਮੈਂ ਟੈਗ ਆਫ ਕਰਕੇ ਰਹ ਨੂੰ ਕੀਤੀ ਬਾਏ ਬਾਏ 10 ਮਿੰਟਾਂ ਦੀ ਵਾਕ ਕਰਕੇ ਜੀ ਮੈਂ ਪਹੁੰਚ ਗਿਆ ਕਰੇ ਫਿਰ ਮੈਂ ਟਾਈਮ ਸਪੈਂਡ ਕੀਤਾ ਮਿਸਟਰ ਕਪੂਰ ਦੇ ਨਾਲ ਬਹੁਤ ਹੀ ਵਧੀਆ ਇਵਨਿੰਗ ਰਹੀ ਸਾਰਾ ਦਿਨ ਵੀ ਮੇਰਾ ਬਹੁਤ ਵਧੀਆ ਰਿਹਾ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨਾਲ ਜੁੜੋ ਜੀ ਅਸੀਂ ਨਵੇਂ ਬਲੌਗ ਪਾਣੇ ਰਹੇ ਨੇ ਨਵੀਂ ਨਵੀਂ ਇਨਫੋਰਮੇਸ਼ਨ ਸ਼ੇਅਰ ਕਰਦੇ ਰਹੇ ਨੇ ਮਿਲਾਂਗੇ ਨਰਮੀ ਵੀਡੀਓ ਨਾਲ ਜਲਦੀ